ਸਿਆਲਕੋਟੀ ਬੈਠੇ ਨੇ ਕਹਿੰਦੇ ਨੇ ਕਿ ਜਦੋਂ ਪਿਛਲੀ ਪੰਚਾਇਤ ਚੋਂ ਤੂੰ ਉੱਠ ਕੇ ਗਿਆ ਦਾ ਸੀ ਜਦੋਂ ਪਿਛਲੀ ਪੰਚਾਇਤ ਚੋਂ ਤੂੰ ਉੱਠ ਕੇ ਗਿਆ ਦਾ ਸੀ ਮੈਂ ਉਂ ਕਰਕੇ ਆਪਣੇ ਦਿਲ ਨੂੰ ਸਮਝਾ ਲਿਆ ਤੇ ਅੱਛਾ ਮੈਂ ਕਾਵਾਂ ਕਬੂਤਰਾਂ ਹੱਥੀ ਤੈਨੂੰ ਸੁਣਿਆ ਘੱਲਿਆ ਨਹੀਂ ਅੱਛਾ ਸ਼ਾਇਰੀ ਮੈਂ ਵੀ ਯਾਨੀ ਇਹ ਇੱਕ ਤੈਤੁਲ ਲਫ਼ਜ਼ ਔਰ ਸ਼ਾਇਰੀ ਮਿਕਸ ਹੀ ਹੋ ਰਹੀ ਹੈ ਜੀ ਜੀ ਮੈਂ ਕਾਵਾਂ ਕਬੂਤਰਾਂ ਹੱਥੀ ਤੈਨੂੰ ਸੁਣਿਆ ਘੱਲਿਆ ਤੇ ਅਸੀਂ ਇਹ ਨਹੀਂ ਮੈਂ ਤੇਰੇ ਵੱਲ ਇੱਕ ਮੁੰਡਾ ਵੀ ਘੱਲਿਆ ਤੇ ਸਿਰਫ ਇੰਨਾ ਨਹੀਂ ਸਿਰਫ ਇੰਨਾ ਨਹੀਂ ਮੈਂ ਤੇਰੇ ਨਾਲ ਮੁੰਡਾ ਵੀ ਘੱਲਿਆ ਤਾ ਮੁੰਡਾ ਵੀ ਘੱਲਿਆ ਆਹ ਕਿਆ ਕਹਨੇ ਫਰੀਦ ਸਾਬਰੀ ਵਾਹ ਇਹ ਤੇਰੇ ਅੱਗੋਂ ਮਰਜ਼ੀ ਹੈ ਭਰਾਵਾ ਅਸਾਂ ਕੀ ਕਰਨਾ ਇਹ ਤੇਰੀ ਅੱਗੋਂ ਮਰਜ਼ੀ ਹੈ ਭਰਾਵਾ ਅਸਾਂ ਕਸਰ ਕੋਈ ਨਹੀਂ ਛੱਡੀ ਅਸੀਂ ਹੋਰ ਕੀ ਕਰੀਏ ਇਹਨੂੰ ਦੱਸੋ ਮਲਕ ਸਾਹਿਬ ਉਹ ਸ਼ਰਟ ਪਰ ਦਫਾ ਮਾਰ ਓਕੇ ਅੱਛਾ ਭਾਈ ਫਰੀਦ ਭਾਈ ਕਿਆ ਕਹਿੰਦੇ ਫਰੀਦ ਨਾ ਅੱਛਾ ਅੱਗੋਂ ਦੂਸਰਾ ਕਹਿੰਦਾ ਯਾਰ ਇਤਨਾ ਨਹੀਂ ਕਰੀਦਾ ਵੀਰੇ ਨਾ ਐਵੇਂ ਕਿਸੇ ਨਾਲ ਲੜੀਦਾ ਤੂੰ ਹੈਗਾ ਆਪਣਾ ਛੋਟਾ ਵੀਰ ਵੀਰੇ ਐਵੇਂ ਬਟ ਅੱਡੇ ਫੜ ਨਹੀਂ ਲੜੀਦਾ ਤੇ ਹੈਨੂੰ ਪੁੱਛ ਜਿਹੜਾ ਸਾਰਾ ਜੱਗ ਛੱਡ ਛੋੜ ਕੇ ਬੈਠਾ ਸੀ ਸਿਰ ਚੁੱਕ ਉੱਚਾ ਹੋ ਹਿੱਕ ਤਾਣ ਅੱਗੇ ਵੱਧ ਐਵੇਂ ਨਹੀਂ ਉਹ ਸੜੀਦਾ ਉਹ ਤੈਨੂੰ ਬਾਹਰੋਂ ਆ ਕੇ ਕਿਸੇ ਨੇ ਸਮਝਾਉਣਾ ਦੱਸੋ ਮਲਕ ਸਾਹਿਬ ਜੱਟ ਪਰ ਬੁੜੇ ਦੇ ਸ਼ੁਕਰ ਕਰ ਅੱਗੇ ਮਾਰੀ ਸੀ ਇਸ ਤਰ੍ਹਾਂ ਨੀ ਕਰੀਦਾ ਐਵੇਂ ਨੀ ਉਹ ਲੜੀ ਦੇ ਗੱਲ ਤੇਰੀ ਮਾੜੀ ਸੀ ਵੱਜ ਜਾਂਦੀ ਇੱਟ ਜੇ ਤੇਰੀ ਭਰਜਾਈ ਦੇ ਤੇ ਬੁੱਧਿਆ ਤੇ ਬੱਧਿਆ ਨੀ ਛੁੱਟਣਾ ਆਹ ਤੈਨੂੰ ਮੱਤ ਇਹ ਦੇਣੀ ਹੋਰ ਕੀ ਕਰਨਾ ਦੱਸੋ ਮਲਕ ਸਾਹਿਬ ਅੱਗੇ ਸ਼ਰਟ ਪਰ ਦੋ ਇਹ ਤਾਂ ਕਿਸੇ ਨੇ ਚੋਰੀ ਕੀਤਾ ਕਲਾਬ ਇਹ